ਜੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਵੈਲਕਮ ਟੂ ਸਿਮਰਨ ਬੁਟੀਕ ਕਟ ਐਂਡ ਸ਼ੋ ਵਿਦ ਭਿੰਦਰ ਅੱਜ ਆਹ ਸ਼ਰਟ ਮੈਂ ਰੈਡੀ ਕਰ ਲਿਆ ਆ ਬਣਾ ਕੇ ਅੱਜ ਆਪਾਂ ਇਹਦੇ ਘੇਰੇ ਨੂੰ ਪਾਈਪਿੰਗ ਲਗਾਵਾਂਗੇ ਜਦੋਂ ਪਾਈਪਿੰਗ ਲਗਾਉਣੀ ਹੋਵੇ ਜਿਸ ਵੀ ਸੂਟ ਨੂੰ ਉਹਦੀ ਓਵਰਲੋਕ ਹੈ ਜਿਹੜੀ ਇੱਦਾਂ ਦੋ ਪਾਰਟ ਦੇ ਵਿੱਚ ਕਰੀਦੀ ਆ ਅਤੇ ਪਾਈਪਿੰਗ ਲਗਾਉਣ ਲਈ ਉੱਪਰੋਂ ਥੋੜ੍ਹਾ ਜਿਹਾ ਚਾਕਾਂ ਤੋਂ ਉੱਪਰ ਤੱਕ ਲਗਾਈਦੀ ਆ ਜਿੱਦਾਂ ਇੱਦਾਂ ਥੋੜ੍ਹਾ ਜਿਹਾ ਕੱਟ ਪਾ ਲਈਦਾ ਉੱਪਰ ਅਤੇ ਇੱਕੋ ਜਿਹੀ ਲੱਗੇ ਸਾਰੇ ਪਾਸਿਆਂ 'ਤੇ ਅਤੇ ਫੁੱਟ ਮੈਂ ਚੇਂਜ ਕਰ ਲਿਆ ਆ ਪਾਈਪਿੰਗ ਫੁੱਟ ਪਾ ਲਿਆ ਜਿੱਦਾਂ ਸਿੰਗਲ ਫੁੱਟ ਅਤੇ ਵੱਖਾ ਵੱਡਾ ਕਰ ਲੈਣਾ ਚਾਹੀਦਾ ਜਦੋਂ ਪਾਈਪਿੰਗ ਲਾਉਣੀ ਹੁਣ ਮੇਰਾ ਵੱਖਾ 3 ਨੰਬਰ 'ਤੇ ਆ ਬਰੀਕ ਵੱਖੇ ਦੇ ਨਾਲ ਪਾਈਪਿੰਗ ਨਾ ਇਕੱਠੀ ਜਿਹੀ ਹੋ ਜਾਂਦੀ ਹੈ ਕਈ ਵਾਰੀ ਅਤੇ ਜਦੋਂ ਪਾਈਪਿੰਗ ਲਾਉਣੀ ਹੈ ਤਾਂ ਧਿਆਨ ਦੇ ਨਾਲ ਪਿੱਛੋਂ ਵੀ ਫੜ ਕੇ ਰੱਖਣਾ ਹੈ ਅਤੇ ਕੱਪੜੇ ਨੂੰ ਵਾਲ ਨਾ ਪਵੇ ਜੇ ਕੱਪੜੇ ਨੂੰ ਵਾਲ ਪੈ ਗਿਆ ਤਰਪਾਈ ਸਹੀ ਨਹੀਂ ਹੋਣੀ ਅਤੇ ਫਿਰ ਪਾਈਪਿੰਗ ਸਾਫ਼ ਨਹੀਂ ਲੱਗਣੀ ਮੈਂ ਪਾਈਪਿੰਗ ਲਾਉਣ ਲੱਗੀ ਹਾਂ ਲੇਡੀ ਪਹਿਲਾਂ ਕਰ ਲੈਂਦੀ ਹਾਂ ਅਤੇ ਇੱਦਾਂ ਪਾਈਪਿੰਗ ਥੱਲਿਓਂ ਥੋੜ੍ਹੀ ਜਿਹੀ ਵਾਧੂ ਕਰਕੇ ਅਤੇ ਇਹਨੂੰ ਜਦੋਂ ਆਪਾਂ ਚਾਕਾਂ ਦੀ ਦੂਸਰੇ ਤਰੀਕੇ ਨਾਲ ਲੇਡੀ ਕਰਨੀ ਜੜ ਲੈਣੀ ਆ ਪਾਈਪਿੰਗ ਅਤੇ ਉਦੋਂ ਮੈਂ ਇਹਨੂੰ ਵਿੱਚ ਨੂੰ ਮੋੜ ਦੇਈਦਾ ਹਾਂਜੀ ਹੁਣ ਮੈਂ ਮੋਤੀ ਥੋੜ੍ਹੇ ਜਿਹੇ ਲਾ ਦਿੱਤੇ ਨੇ ਜਿੱਥੇ ਕਿ ਪਾਈਪਿੰਗ ਲੱਗਣੀ ਆ ਜਦੋਂ ਫਿਰ ਆਪਾਂ ਦੂਸਰੀ ਤਰ੍ਹਾਂ ਜੜਾਂਗੇ ਪਾਈਪਿੰਗ ਨੂੰ ਅਤੇ ਫਿਰ ਮੈਂ ਦੁਬਾਰਾ ਲਾਊਂਗੀ ਉੱਥੋਂ ਦੇਖ ਕੇ ਵੀ ਕਿੰਨੇ ਕੁ ਲਾਉਣੇ ਪੈਂਦੇ ਆ ਪਲਾਜ਼ੋ ਨਾਲ ਦੇ ਕੱਪੜੇ ਦੀ ਬਣਾਈ ਆ ਪਾਈਪਿੰਗ ਇਹ ਕੱਪੜਾ ਪਿਓਰ ਦਾ ਸੀਗਾ ਅਤੇ ਇਹਦੇ ਧਾਗੇ ਬਹੁਤ ਨਿਕਲਦੇ ਆ ਤਾਂ ਹੱਥਾਂ ਨੂੰ ਲੱਗੀ ਜਾਂਦੇ ਨੇ ਇਹਦਾ ਕਿ
ਘੇਰਾ 2.5 ਇੰਚ ਦਾ ਆ ਤੇ ਇਥੋਂ ਮਾਰਕ ਆ ਜਿਹੜਾ ਹੈ ਮਿਡਲ ਦਾ ਬਣਿਆ ਆ ਇਥੋਂ ਮਿਲ ਕੇ ਆਪਾਂ 11.5 ਇੰਚ ਦੇ ਇੱਥੇ ਮਾਰਕ ਕਰ ਲਵਾਂਗੇ ਤੇ ਇਸੇ ਤਰੀਕੇ ਨਾਲ ਆਪਾਂ ਦੂਜੇ ਪਾਸੇ ਵੀ ਕਰ ਲੈਣਾ अपना घेरा निकल गया पाइपिंग की जी सीन लानी आप इतना लावे ਇੱਥੋਂ ਆਪਾਂ ਹੁਣ ਚਾਹੇ ਤੁਸੀਂ ਪਿੰਨ ਲਾ ਲਓ ਚਾਹੇ ਤੁਸੀਂ ਇੱਦਾਂ ਟਾਂਕਾ ਲਾ ਲਓ ਫਿਰ ਬੋਟਮ 'ਤੇ ਜਾ ਕੇ ਵੀ ਜਿੱਥੇ ਆਪਣਾ ਮਾਰਕ ਬਣਿਆ ਨਾ ਇੱਥੋਂ ਇਸ ਤਰੀਕੇ ਦੇ ਨਾਲ ਇਹਨੂੰ ਸਿੱਧਾ ਕਰਕੇ ਆਹ ਦੇਖੋ ਇੱਦਾਂ ਕਰ ਲਿਆ ਹੁਣ ਆਪਾਂ ਇੱਥੇ ਪਿੰਨ ਲਾ ਲਓ ਤੁਹਾਡੀ ਲਾਈਨਿੰਗ ਆ ਜਿਹੜੀ ਇਹ ਖਿੱਚ ਕੇ ਬਾਹਰ ਨੂੰ ਨਹੀਂ ਆਊਗੀ ਅਤੇ ਫਿਰ ਖਿੱਚ ਨਹੀਂ ਪਾਊਗੀ ਹਾਂ ਅਤੇ ਹੁਣ ਜਦੋਂ ਤੁਸੀਂ ਆਪਾਂ ਇਹਨੂੰ ਇੱਦਾਂ ਖਿੱਚਣਾ ਆ ਇੱਦਾਂ ਹੁਣ ਆਹ ਖਿੱਚਿਆ ਨਾ ਸਾਰਾ ਕੋਰਨਰ ਤੋਂ ਫੜ ਕੇ ਅਤੇ ਇੱਕਦਮ ਬੈਠ ਗਈ ਆ ਅਤੇ ਇਹਨੂੰ ਹੁਣ ਠੀਕ ਕਰਕੇ ਪ੍ਰੋਪਰਲੀ ਤੁਸੀਂ ਸੀਨ ਲਗਾਉਣ ਲੱਗੇ ਆਪਣੇ ਧਿਆਨ ਨਾਲ ਲਾ ਲਓ ਜਾਂ ਇਹਨੂੰ ਫਿਰ ਇੱਥੇ ਹੋਰ ਪੈਨ ਲਗਾ ਲਓ ਮਿਡਲ ਦੇ ਵਿੱਚ ਤੁਸੀਂ ਇੱਦਾਂ ਫਿਰ ਤੁਹਾਡੀ ਹਿਲਦੀ ਨਹੀਂ ਕਿਤੇ ਵੀ ਜਿੱਦਾਂ ਹਾਂ ਦੇਖੋ ਨਾ ਇੱਦਾਂ ਕਰਕੇ ਤੁਸੀਂ ਪੈਨ ਲਗਾ ਲਓ ਜਦੋਂ ਸੀਨ ਲਾਉਣੀ ਹੈ ਖਿੱਚ ਕੇ ਲਾਉਣੀ ਹੈ ਇੱਦਾਂ ਖਿੱਚ ਕੇ ਲਾਵਾਂਗੇ ਤਾਂ ਸੀਨ ਸਾਫ਼ ਲੱਗੂਗੀ ਹੁਣ ਆਹ ਸਾਫ਼ ਪਿਆ ਇੱਥੇ ਅਤੇ ਖਿੱਚ ਕੇ ਸੀਨ ਲਾਵਾਂਗੇ ਤਾਂ ਇਹ ਸਾਫ਼ ਲੱਗੂਗੀ ਜੇ ਆਪਾਂ ਢਿੱਲਾ ਛੱਡ ਕੇ ਲਾਉਂਦੇ ਹਾਂ ਤਾਂ ਇੱਦਾਂ ਕਰਕੇ ਤਾਂ ਇਹ ਫਿਰ ਇੱਥੇ ਵਲ ਪੈਂਦੇ ਨੇ ਜੇ ਇਹਨੂੰ ਇੱਦਾਂ ਖਿੱਚ ਲੈਂਦੇ ਹਾਂ ਪ੍ਰੋਪਰਲੀ ਪਿੱਛੋਂ ਵੀ ਅਤੇ ਮੋਹਰਿਓਂ ਵੀ ਅਤੇ ਇਹ ਸੀਨ ਬਹੁਤ ਸੋਹਣੀ ਸਾਫ਼ ਲੱਗਦੀ ਆ ਫਿਰ ਜਿਹੜੇ ਪਾਈਪਿੰਗ ਦੇ ਧਾਗੇ ਜੇ ਜਾਂ ਤਾਂ ਵਿੱਚ ਦੇ ਦਿਓ ਜਾਂ ਇਹਨਾਂ ਨੂੰ ਖਿੱਚ ਕੇ ਤੋੜ ਦਿਓ ਕੱਟ ਦਿਓ ਇਹ ਨਹੀਂ ਬਹੁਤੀ ਵਿੱਚ ਬਾਹਰ ਨੂੰ ਦਿਸਣੀ ਚਾਹੀਦੀ ਜੇ ਬਾਹਰ ਨੂੰ ਦਿਸਣਗੇ ਫਿਰ ਬਾਹਰ 'ਚੋਂ ਤਾਂ ਕੱਟੇ ਨਹੀਂ ਜਾਣੇ ਇਹ ਤਾਂ ਫਿਰ ਸਾਫ਼ ਨਹੀਂ ਲੱਗਣੀ ਹੈਗੀ
ਆਪਣੀ ਪਾਈਪਿੰਗ ਜਿਹੜੀ ਇਹ ਬਿਲਕੁਲ ਸਹੀ ਤਰੀਕੇ ਨਾਲ ਲੱਗ ਚੁੱਕੀ ਆ। ਪ੍ਰੈਸ ਕਰਾਂਗੇ ਤਾਂ ਪਾਈ ਕਰਾਂਗੇ ਬੜੀ ਵਧੀਆ ਹੋ ਜਾਣੀ। ਹੁਣ ਕਢਾਈ ਵਾਲਾ ਪਾਸਾ ਜਿਹੜਾ ਆ ਇਹਦਾ ਵੀ ਆਪਾਂ ਅੱਧ ਕਰ ਲੈਂਦੇ ਹਾਂ। ਦੱਸਦੀ ਨਹੀਂ ਹੈਗੀ ਕਰੀਬ, ਇਹਨੂੰ ਇਸ ਤਰੀਕੇ ਨਾਲ ਆਪਾਂ ਵਧੀਆ ਮਿੰਟ ਕਰ ਲੈਂਦੇ। ਇਹਦੇ ਮੋਤੀ ਲਾਉਣੇ ਪੈਣੇ ਆ ਇੱਥੇ ਜਿੱਥੇ ਮੋਤੀ ਹੈ ਨਹੀਂ ਗੇ, ਗੋਟੇ ਵਾਲੀ ਜਗ੍ਹਾ 'ਤੇ ਮਸ਼ੀਨ ਲਗਾ ਲੈਣੀ ਆ। ਅਤੇ ਬਾਕੀ ਇਹਦੀ ਸੀਨ ਮੈਂ ਮੋਤੀ ਲਾ ਕੇ ਲਾਊਂਗੀ ਬਾਅਦ ਵਿੱਚ ਲਾ ਲਊਂਗੀ। ਇਸੇ ਤਰੀਕੇ ਨਾਲ ਹੁਣ ਮੈਂ ਇੱਥੋਂ ਅੱਗੋਂ ਮੈਂ ਇੱਥੋਂ ਹੁਣ ਸ਼ੁਰੂ ਕਰ ਦੇਣੀ ਕਢਾਈ ਵਾਲਾ ਜਗ੍ਹਾ ਮੈਂ ਛੱਡ ਦਿੱਤੀ ਜਿੱਥੇ ਮੋਤੀ ਲੱਗੇ ਸੀਗੇ। ਉੱਥੋਂ ਉਹਨੇ ਜਿੱਥੋਂ ਦੀ ਸੂਈ ਲੰਘਣੀ ਉਸੇ ਹਿਸਾਬ ਨਾਲ ਮੈਂ ਮੋਤੀ ਤੋੜ ਕੇ ਨਾਗੇ ਆ ਇਹ ਲੱਗੇ ਹੋਏ ਗਲੂ ਨਾਲ ਜਿਹੜੇ ਲੱਗੇ ਹੁੰਦੇ ਉਹ ਪੱਟਣੇ ਨੇ। ਇਹ ਪ੍ਰੈਸ ਦੇ ਨਾਲ ਨਿਕਲੂਗੀ ਬਾਹਰ ਨੂੰ ਪ੍ਰੋਪਰਲੀ, ਇੱਦਾਂ ਤਾਂ ਨਿਕਲੀ ਹੋਈ ਆ ਦੇਖੋ। ਅਤੇ ਇਸੇ ਤਰੀਕੇ ਨਾਲ ਆਪਾਂ ਦੂਸਰੇ ਪਾਸੇ ਵੀ ਪਾਈਪਿੰਗ ਲਗਾ ਲੈਂਦੇ ਹਾਂ।